हाँ जी, सत श्री अकाल जी, सारिया नूं स्वागत है नवे व्लॉग दे विच। होप कि तुसीं सब वधिया होवोगे। अज व्लॉग गड्डी चों स्टार्ट होंदे आ ते टाइम शाम दे 5 बज गए। ठीक है, काम तो जस्ट छुट्टी हुई है। मैं सोचिया भी सवेरे स्टार्ट करके भी की करना, सारा दिन आपां काम ते ही होईदा, शूट ते कुछ करना नहीं हुंदा, फिर शाम नूं शुरू करांगे, है ना। चलो लाड़िए एनका एक तो लाउणियां पैंदियां सामने, उहनां लाइट वजदी। चलो चलिए घर नूं। ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਘਰੇ। ਹਾਂਜੀ ਦੱਸੋ, ਤੁਹਾਡੇ ਕੰਮ ਦੀ ਚੀਜ਼ ਲੱਭੀ ਆ ਕੀ? ਤੁਹਾਡੇ ਜਮਾ ਕੰਮ ਦੀ ਚੀਜ਼ ਆ, ਤੁਸੀਂ ਗੇਮ ਨਹੀਂ ਛੱਡਣੀ ਕੀ? ਬਸ ਲੱਭਦੀ ਆ, ਦੱਸ ਮੈਂ ਲੈ ਕੇ ਜਾਣਾ। ਪਹੁੰਚਾਓ ਛੇਤੀ, ਆ ਜਾ ਮੋੜੋ। ਲੋ ਵੀ ਘਰੇ ਪਹੁੰਚਦੇ, ਹਰ ਕੋਈ ਕੰਮ ਦੀ ਚੀਜ਼ ਇਹਨਾਂ ਨੇ ਲੱਭੀ ਆ, ਪਤਾ ਨਹੀਂ ਕੀ ਆ। ਹੁਣ ਦੇਖਦੇ ਹਾਂ ਨਾ, ਫਿਰ ਚੈਨਲ ਵਰਕ ਆਇਆ ਮਾਰੇ ਕਾਦਾ ਕਮਰੇ ਮਜਾਓ ਆਪਣਾ ਦੇਖੋ। ਹਾਂ ਚਲ ਕੋਈ ਨਹੀਂ, ਪੂਰੇ 50 ਕੋਈ ਨਹੀਂ, ਦੇਖਦੇ ਹਾਂ। ਪਹਿਲਾਂ ਭੁੱਖ ਲੱਗੀ, ਮੈਨੂੰ ਕੁਝ ਖਾਵਾਂਗੇ ਫਿਰ ਦੇਖਾਂਗੇ। ਹਜੇ ਹਜੇ ਸਾਡਾ ਬੰਦਾ ਸਬਜ਼ੀ ਬਣਾਊਗਾ, ਅੱਧਾ ਘੰਟਾ ਲਾਊਗਾ ਫਿਰ ਖਾਣੇ। ਢੀਠ ਵਾਲੇ ਪਿੰਡ ਗਿਆ ਜੀ, ਢੀਠ ਨੇ ਇਹਨਾਂ ਨੇ ਕਿਹਾ ਸੀਗਾ, ਮੈਂ ਕਿਹਾ ਮੇਰੇ ਆਉਣ ਤੋਂ ਪਹਿਲਾਂ ਸਬਜ਼ੀ ਬਣਾ ਲਿਓ, ਬਾਕੀ ਮੇਰਾ ਕੰਮ ਮੈਂ ਆ ਕੇ ਕਰ ਲੂੰਗਾ। ਆਇਆ ਤਾਂ ਇੱਥੇ ਬੈਠੇ ਸੋਫੇ ਤੇ, ਆ ਵੀ ਤੇ ਦੂਜਾ ਵੀ ਮੇਰੇ ਆਏ ਤੋਂ ਬਾਅਦ ਹੀ ਕੀਤਾ ਤੂੰ ਵੀ। ਜਿਸ ਟਾਈਮ ਤੁਸੀਂ ਆਣਾ ਨਾ, ਉਹ ਤੋਂ ਘੰਟੇ ਪਹਿਲਾਂ ਬੋਲਣਾ, ਠੀਕ ਹੈ? ਸਬਜ਼ੀ ਬਣੀ ਅੱਗੇ ਤੋਂ, 4 ਵਜੇ ਬਣਾ ਦੇ। 4 ਵਜੇ ਯਾਰ, 4 ਵਜੇ ਤਾਂ ਬ੍ਰੇਕਫਾਸਟ ਕਰਦਾ ਆਪਾਂ। ਅੱਛਾ ਹੈ ਓਏ, ਕੀ ਸੀ ਇਹਦੇ ਚ ਦਿਖਾਓ। ਚੱਲਿਆ ਲੈ ਕੇ ਲਿਆ। ਹਾਂ ਚਾ ਵਾ, ਮੈਂ ਬਲਾ ਲੈ ਜਾਏਗਾ ਤੂੰ। ਹਾਂ ਮੇਰੇ ਕੋਲ ਟੈਕਸੀ ਬਣਾਣੀ ਪੜੇਗੀ, ਟਾਈਮ ਲੱਗੇਗਾ। ਫਟਾਫਟ ਚਲੋ ਦੇਖਦੇ ਹਾਂ ਕਿੱਥੇ ਪਹੁੰਚਾਉਂਦੇ ਨੇ। ਐਦੋ ਵਧੀਆ ਤੇ ਸਾਡੀ ਟੀਮ ਵਿੱਚ ਟੈਕਸੀ ਹੈ। ਕੀ ਲੱਭਿਆ ਹੋ ਸਕਦਾ? ਇਹ ਕੀ ਆਪਕੀ ਕਿਸਮਤ ਬਹੁਤ ਗੰਦੀ ਹੈ ਮਾਂਚੂ ਦੀ। ਮਾਂਚੂ ਕਿਉਂ? ਮਾਂਚੂ ਵਾਲੀ ਮਿਲਦੇ ਨਹੀਂ ਕੁਛ। ਕੀ ਹੋ ਗਿਆ? ਮੈਂ ਤਾਂ ਦੱਸੋ ਕੁਛ। ਬਿਲਕੁਲ ਸਹੀ ਹੈ। ਲੋ ਵੀ ਹਜੇ ਤੱਕ ਸਾਨੂੰ ਲੱਭਿਆ ਨੀ ਮੋਸਟਰ ਜਿਹਾ, ਤੁਸੀਂ ਲੱਭੋ, ਮੈਂ ਕੋਈ ਕੰਮ ਧੰਦਾ ਕਰ ਲਾ। ਚਲੋ ਚੌਲ ਬਣਾਈਏ। ਚਲੋ ਬੱਚੋ ਚੌਲ ਬਣਾਏ। ਅੱਛਾ ਯਾਰ, ਚੱਲ ਠੀਕ ਆ ਫਿਰ, ਓਕੇ। ਨਹੀਂ ਨਹੀਂ ਮੈਂ ਕਰੂੰਗਾ, ਇਹਨੂੰ ਚੱਕ ਲੈਂਦੇ ਯਾਰ। ਪਾਸੇ 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 ਲੱਭ ਗਿਆ ਜੇ ਮੋਸਟਰ। ਹੁਣ ਮੈਂ ਨਾ ਚੌਲ ਚੱਕ ਰੱਖੇ ਨੀ ਤਾਂ ਰਿਮੋਟ ਤੇ ਮੈਂ ਖੋ ਲੈਣਾ ਸੀ। ਚੌਲ ਬਣਾ ਲਈਏ ਫਿਰ ਖੇਡਦੇ ਹਾਂ ਮੋਸਟਰ ਨਾਲ। ਓ ਹੈਲੋ, $50 ਪਰ ਆਵਰ। ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਇੱਥੇ, $50 ਪਰ ਆਵਰ, ਘੰਟਾ ਇੱਕ ਹੀ ਲੱਗਣਾ ਬਸ, ਤੁਸੀਂ $50 ਦੇ ਦਿਓ, ਕੋਈ ਚੱਕਰ ਨਹੀਂ। ਦੂਜੀ ਦਾ ਹੀ ਕਰਨਾ ਤੂੰ, ਛੱਡ ਪਰਾਂ। ਸਾਰੇ ਆਪਦੀ ਸਮੱਸਿਆ ਲੈ ਕੇ ਆ ਰਹੇ ਅੱਜ, ਪਤਾ ਨਹੀਂ ਕੀ ਚੱਕਰ ਹੈ। ਪਹਿਲਾਂ ਇਹਨਾਂ ਦਾ ਸ਼ੀਸ਼ਾ ਫਿੱਟ ਕੀਤਾ ਵਿਦ ਇਹਦੇ, ਆਹ ਤੇ ਤੁਹਾਨੂੰ ਯਾਦ ਹੀ ਹੋਊਗਾ, ਸਟਾਰਟਿੰਗ ਵਾਲੇ ਵਲੋਗ ਇਹਦੇ ਤੇ ਬਣੇ ਆ। ਹੁਣ ਇਹਨੂੰ ਬਟਣਾ, $500 ਲੱਗੇ ਆ, ਜ਼ਿਆਦਾ ਨਹੀਂ 500 ਲੱਗੇ। ਅੱਛਾ ਯਾਰ, ਸ਼ੀਸ਼ਾ ਸਾਰਾ ਸਾਫ਼ ਵੀ ਕਰ ਲਿਆ ਕਰੀਓ, ਕਰਨ ਤੋਂ ਲੈ ਰਿਹਾ ਤਾਂ ਕਿੰਨੀ ਵਾਇਰਲ ਕਰਦੀ ਅਗਲੇ ਨੇ। ਓਏ ਉਹਨੂੰ ਕਹਿ ਆ ਜਾ ਹੁਣ, ਆ ਗਿਆ। ਸ਼ੁਕਰ ਆ ਪਲਾਸ ਹੀ ਲੈ ਕੇ ਆਏ, ਕੁਛ ਹੋਰ ਨਹੀਂ ਲੈ। ਇੰਗਲਿਸ਼ ਕੀ ਕਹਿੰਦੇ ਨੇ? ਪਲਾਇਰਸ। ਕਿੰਨੇ ਦਾ ਹੁੰਦੇ? ਦੋਵੇਂ ਹੱਥ ਲਾਉਣੇ। ਹਾਂ ਹੁਣ ਤੂੰ ਕਿੰਨੀ ਪੇ ਕੇ ਦੇਂਗਾ? ਆਪਾਂ ਬਾਈ ਦੇ ਦਿੰਨਾ ਤੁਹਾਨੂੰ ਜਿੰਨੀ ਤੁਸੀਂ ਕਹੋਗੇ, ਦੇਖ ਲਓ ਇੰਨੇ। ਜਾਇ ਮੰਗ ਲਿਓ ਕੰਮ, ਅੱਜ ਨਾ ਵਲੋਗ ਨਹੀਂ ਸ਼ੂਟ ਕਰਨ ਦੇ ਰਹੇ, ਆਹੀ ਕੰਮ ਕਰਾਈ ਜਾਂਦੇ। ਲੈ ਫੜਾ ਡੱਬੀਆਂ, ਹੁਣ ਮੈਂ ਪਹੁੰਚਾ ਟਾਈਮ ਨਾਲ ਘਰੇ ਆਵਦੇ। ਲੋ ਵੀ ਫਾਈਨਲੀ ਰੋਟੀ ਪਾਣੀ ਖਾ ਕੇ, ਸਾਰੇ ਕੰਮ ਕੁੰਮ ਡਨ ਕਰਕੇ ਉੱਤੇ, ਠੀਕ ਹੈ, ਸਾਰਿਆਂ ਦੀਆਂ ਪ੍ਰੋਬਲਮ ਹੱਲ ਕਰਕੇ ਆਪਾਂ ਆ ਗਏ ਆਪਣੇ ਸੈਟਅਪ ਦੇ ਵਿੱਚ। ਪਹਿਲਾਂ ਤਾਂ ਸਮਾਨ ਉਹਦੀ ਥਾਂ 'ਤੇ ਰੱਖੀਏ ਸਾਰਾ ਸਮਾਨ। ਯਾਰ ਇਹਦੇ 'ਚ ਮੈਂ ਇੱਕ ਕੱਢ ਕੇ ਤਾਂ ਲੈ ਗਿਆ, ਬਟ ਇਹ ਨਹੀਂ ਪਤਾ ਵੀ
ਨਹੀਂ ਹੈਗੇ ਹੈਗੇ ਸਰਜੂਗਾ ਸਰਜੂਗਾ ਕਹਿੰਦਾ ਵੀ ਹਾਂ ਬੁੰਮੇ ਨਹੀਂ ਇਹਨੂੰ ਇਹਦੇ 'ਚ ਰੱਖਦੀ ਨਹੀਂ ਤਾਂ ਨਾ ਡਰਿੱਲ 'ਚੋਂ ਡਿੱਗ ਪੈਂਦਾ ਐਵੇਂ ਇੱਧਰ ਉੱਧਰ ਹੋ ਜੂਗਾ ਕੋਈ ਫਾਇਦਾ ਨਹੀਂ ਗਾ ਚਲੋ ਵੀ ਇਹਨੂੰ ਸਾਂਭਦੀ ਇੱਥੇ ਡਰਿੱਲ ਆਪਣੀ ਇੱਥੇ ਜਿੰਦਾਬਾਦ ਚੱਕ ਵਾਪਸ ਲੋ ਵੀ ਹੁਣ ਫਾਈਨਲੀ ਸੈਟਅਪ 'ਚ ਫੋਨ ਆਪਾਂ ਚਾਰਜ ਲਾ ਤਾ ਠੀਕ ਹੈ ਡੋਨ ਸੀਗਾ ਕਿਉਂਕਿ ਇਹਦੇ 'ਤੇ ਤਰਕ ਮੈਂ ਤਾਂ ਚੱਲਣਾ ਹੁਣ ਅਤੇ ਟਰਾਲੀ ਆਪਣੀ ਦੇ ਕੰਮ ਵੈਸੇ ਤਾਂ ਕੱਲ੍ਹ ਤੁਹਾਨੂੰ ਵਲੋਗ 'ਚ ਦਿਖਾਈ ਦਿੱਤਾ ਸੀਗਾ ਵੀ ਇੰਨਾ ਕੰਮ ਹੋ ਚੁੱਕਿਆ ਆਹ ਤੁਸੀਂ ਦੇਖ ਸਕਦੇ ਹੋ ਦੇਖੋ ਡਿਜ਼ਾਇਨ ਦੇਖੋ ਤੁਸੀਂ ਇੱਕ ਸਾਈਡੋਂ ਟਰਾਲੀ ਸਾਰੀ ਉੱਚੀ ਕਰਤੀ ਮੈਂ ਦੱਬ ਦਿਆਂਗੇ ਕੋਈ ਚੱਕਰ ਨਹੀਂ ਚੱਲਦਾ ਇਹਨੂੰ ਕਰ ਦਾਂਗੇ ਲੈਵਲ ਆਪਾਂ ਆਰੀ ਨਹੀਂ ਗੀ ਹਜੇ ਆਰੀ ਲੈ ਕੇ ਆਵਾਂਗੇ ਨਾ ਫਿਰ ਉਹਨੂੰ ਲੈਵਲ ਕਰ ਦਾਂਗੇ ਜਾਂ ਜਦੋਂ ਕਟਰ ਲੈ ਆਵਾਂਗੇ ਹਜੇ ਦੱਸੋ ਕਹਿਣਾ ਕਟਰੀ ਨਹੀਂ ਲੈ ਕੇ ਆਉਂਦਾ ਅਤੇ ਰੋਜ਼ ਸੋਚੀਦਾ ਵੀ ਅੱਜ ਨਾ ਕੰਮ ਤੋਂ ਜਾਣ ਲੱਗਿਆ ਲੈ ਕੇ ਜਾਊਂਗਾ ਅਤੇ 5 ਵਜੇ ਛੁੱਟੀ ਹੁੰਦੀ ਹੈ ਹਨੇਰਾ ਹੋ ਜਾਂਦਾ ਉਹਨਾਂ ਨੂੰ ਫਿਰ ਸੋਚੀਦਾ ਚੱਲ ਛੱਡ ਪਰਾਂ ਘਰੇ ਆ ਕੇ ਰੋਟੀ ਖਾਂਦੇ ਤਾਂ ਕਰਕੇ ਰਹਿ ਜਾਂਦਾ ਹੁਣ ਕੱਲ੍ਹ ਕੱਲ੍ਹ ਦਾ ਦਿਨ ਜਾਣਾ ਹੋਰ ਉਦੋਂ ਬਾਅਦ ਸ਼ਨੀ ਐਤਵਾਰ ਆ ਜਾਣਾ 2 ਦਿਨ ਵਿਹਲੇ ਹਾਂ ਫਿਰ ਆਪਾਂ ਆਹੀ ਕੁਛ ਕਰਨਾ ਜਿਹੜਾ ਜਿਹੜਾ ਸਮਾਨ ਚਾਹੀਦਾ ਉਹ ਲੈ ਕੇ ਆਵਾਂਗੇ ਠੀਕ ਆ ਬਾਕੀ ਵਾਲਮਾਰਟ ਗੇੜਾ ਮਾਰ ਕੇ ਆਵਾਂਗੇ ਕਿ ਤਾਂ ਕੋਈ ਨਵੀਂ ਗੱਡੀ ਕੋਈ ਨਵਾਂ ਟਰੈਕਟਰ ਕੁਛ ਆਇਆ ਹੋਵੇ ਫਿਰ ਉਹ ਵੀ ਲੈ ਕੇ ਆਵਾਂਗੇ ਚਲੋ ਫਿਲਹਾਲ ਇਹਦੇ 'ਤੇ ਕੰਮ ਕਰਦੇ ਇਹਦੇ 'ਤੇ ਹੁਣ ਮੇਨ ਕੰਮ ਤਾਂ ਆਹੀ ਕਰਨ ਵਾਲਾ ਠੀਕ ਆ ਵੀ ਇਹਦੇ ਉੱਤੇ ਕਵਰ ਬਣਾਉਂਦੇ ਆਪਾਂ ਅਤੇ ਡਾਲੇ ਦਾ ਫਿਰ ਸੋਚਦੇ ਹਾਂ ਜੇ ਡਾਲਾ ਬਣਾਉਣਾ ਹੋਇਆ ਤਾਂ ਫਿਲਹਾਲ ਤਾਂ ਇਹਦੇ 'ਤੇ ਕੰਮ ਸਟਾਰਟ ਕਰਦੇ ਹਾਂ ਆਪਾਂ ਇਹਦੀ ਥੋੜ੍ਹੀ ਕਟਿੰਗ ਕਰਕੇ ਅਤੇ ਵੈਸੇ ਮੈਨੂੰ ਲੱਗਦਾ ਕਟਿੰਗ ਦੀ ਲੋੜ ਨਹੀਂ ਪਊਗੀ ਇੱਦਾਂ ਸਿੱਧਾ ਹੀ ਲੱਗ ਜਾਣਾ ਇਹਨੇ ਕੋਈ ਨਾ ਇੱਦਾਂ ਲਾ ਦਾਂਗੇ ਮੈਂ ਇਹਦੇ ਉੱਤੇ ਪਲਾਸਟਿਕ ਦੀ ਸ਼ੀਟ ਲਾਉਣੀ ਆਪਾਂ ਇੰਨਾ ਕੁ ਕੰਮ ਆ ਚਲੋ ਕੱਢਦੇ ਆਪਣੀ ਪੀਪੀ ਉੱਧਰੋਂ ਅਤੇ ਉਹਦੀ ਕਟਿੰਗ ਕਰਕੇ ਆਪਣਾ ਕੰਮ ਡਨ ਕਰਦੇ ਹਾਂ ਅੱਜ ਲੋ ਵੀ ਸਟ੍ਰਿਪਾਂ ਕੱਟ ਕੇ ਕਰਤੀਆਂ ਆਪਾਂ ਤਿਆਰ ਹੁਣ ਇੱਕ ਥੋੜ੍ਹੀ ਜਿਹੀ ਸਮੱਸਿਆ ਹੈ ਪਲਾਸਟਿਕ ਨੂੰ ਇਹਦੇ ਉੱਤੇ ਚਿਪਕਾਉਣ ਦੀ ਇੱਦਾਂ ਇਹਦੇ ਪ੍ਰੋਪਰ ਉੱਤੇ ਇਹਦੀ ਵੀ ਪ੍ਰੋਪਰ ਕਟਿੰਗ ਕਰਤੀ ਬਸ ਹੁਣ ਇੱਦਾਂ ਸਿੱਧਾ ਲੱਗਣੀ ਨੇ ਅਤੇ ਆਹ ਚੀਜ਼ ਚਿਪਕਾਉਣੀ ਆ ਬਸ ਹੁਣ ਇਹਦੇ 'ਚ ਥੋੜ੍ਹੀ ਜਿਹੀ ਦਿੱਕਤ ਆ ਸਕਦੀ ਹੈ ਮੈਂ ਟਰਾਈ ਕਰਦਾ ਜੇ ਤਾਂ ਇਹਦੇ 'ਚ ਨਟ ਕੱਸਿਆ ਗਿਆ ਨਾ ਸਭ ਤੋਂ ਵਧੀਆ ਨਹੀਂ ਤਾਂ ਫਿਰ ਇੱਦਾਂ ਇਹਨੂੰ ਰੱਖਣਾ ਪਊਗਾ ਮੇ ਬੀ 1 ਦਿਨ ਲਈ ਕਮ ਸੇ ਕਮ ਚਲੋ ਟਰਾਈ ਕਰਦੇ ਹਾਂ ਇਹ ਤਾਂ ਟਰਾਈ ਕਰਕੇ ਨਹੀਂ ਦੇਖਿਆ ਮੈਂ ਅਤੇ ਫੈਬਕੇ ਕੁੱਤੇ ਪਈ ਹੈ ਮੈਂ ਲੈ ਕੇ ਆਉਂਦਾ ਠੀਕ ਆ ਫਿਰ ਇਹਨੂੰ ਚਿਪਕਾ ਕੇ ਦੇਖਦੇ ਹਾਂ ਵੀ ਚਿਪਕਦਾ ਵੀ ਇੱਕ ਨਹੀਂ ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਆਪਾਂ ਨਾਕਾਮਯਾਬ ਰਹੇ ਇਸ ਚੀਜ਼ 'ਚ ਆ ਪਲਾਸਟਿਕ ਪਿਘਲਾ ਕੇ ਵੀ ਦੇਖ ਲਿਆ ਠੀਕ ਹੈ ਯੂਜ਼ ਕਰਕੇ ਉਹਦੇ ਨਾਲ ਵੀ ਨਹੀਂ ਚਿਪਕ ਰਿਹਾ ਅਤੇ ਦੂਜਾ ਆਪਾਂ ਫੈਬਕਿਕ ਵੀ ਯੂਜ਼ ਕਰਕੇ ਦੇਖ ਲਈ ਉਹਦੇ ਨਾਲ ਵੀ ਕੁਛ ਨਹੀਂ ਹੋ ਰਿਹਾ ਹੁਣ ਮੇਰੇ ਸਮਝ ਨਹੀਂ ਆ ਰਹੀ ਵੀ ਮੈਂ ਕਰਾਂ ਤਾਂ ਕਰਾਂ ਕੀ ਨਟ ਕੋਈ ਕੱਸ ਨਹੀਂ ਸਕਦੇ ਠੀਕ ਹੈ ਐਡਾ ਬਰੀਕ ਨਟ ਵੀ ਹੈ ਨਹੀਂਗਾ ਅਤੇ ਉੱਦਾਂ ਇਹ ਫੋਕਸ ਇੰਨੀ ਮੋਟੀ ਆ ਪਲੇਟ ਜੀ ਵੀ ਨਹੀਂ ਗੀ ਵੀ ਇਹਦੇ 'ਤੇ ਜਿਹੜਾ ਆਪਾਂ ਕੱਸ ਸਕੀਏ ਨਟ ਜੇ ਇਹਦੇ 'ਚ ਕੱਸ ਵੀ ਦਿੱਤਾ ਤਾਂ ਇਹਨੇ ਖਿੱਲਰ ਜਾਣਾ ਮਿੰਟ 'ਚ ਹੁਣ ਕੀ ਕਰਾਂ ਮੈਂ ਦੋ ਆਈਡੀਆ ਕੋਈ ਕੀ ਕੀਤਾ ਜਾਵੇ ਉਹ ਕਿਤੇ ਸਾਰੇ ਤਰੀਕੇ ਅਜਮਾ ਕੇ ਦੇਖ ਲਏ ਆ ਠੀਕ ਆ ਕਿਸੇ ਨਾਲ ਕੋਈ ਕੰਮ ਨਹੀਂ ਭਰ ਰਿਹਾ ਪਲਾਸਟਿਕ ਮੈਂ ਲਾਇਆ ਸੀਗਾ ਵੀ ਚੱਲ ਥੋੜ੍ਹਾ ਜਿਹਾ ਉਬੜ ਖਾਬੜ ਜਿਹਾ ਹੋ ਜੂਗਾ ਨਾ ਅਤੇ ਫੈਬਕਿਕ ਵਿੱਚ ਖਲੋ ਜੂਗੀ ਬਟ ਉਹ ਵੀ ਕੰਮ ਨਹੀਂ ਭਰ ਰਿਹਾ ਹੁਣ ਸਮਝ ਤੋਂ ਬਾਹਰ ਹੀ ਹੈ ਕੰਮ ਚਲੋ ਥੋੜ੍ਹਾ ਜਿਹਾ ਹੋਰ ਸੋਚਦੇ ਹਾਂ ਵੀ ਕੀ ਕਰ ਸਕਦੇ ਹਾਂ ਜਾਂ ਫਿਰ ਇੱਕ ਕੰਮ ਕਰ ਸਕਦੇ ਹਾਂ ਵੀ ਆਹ ਵਾਲੀ ਜਿਹੜੀ ਪਲੇਟ ਹੈ ਇਹ ਵੀ ਆਪਾਂ ਪਲਾਸਟਿਕ ਦੀ ਕੱਟੀਏ ਠੀਕ ਆ ਅਤੇ ਉਹ ਆਪਸ 'ਚ ਮੇ ਬੀ ਥੋੜ੍ਹਾ ਜਿਹਾ ਸੌਖਾ ਹੋ ਜੇ ਵੈਲਡ ਕਰ ਸਕਦੇ ਉਹਨੂੰ ਤਾਂ ਆਪਾਂ ਗਰਮ ਕਰਕੇ ਦੇਖਣਾ ਪੈਣਾ ਚਲੋ ਦੇਖਦੇ ਹਾਂ ਟਾਈਮ ਵੀ ਵੈਸੇ ਵਾਹਵਾ ਹੋ ਗਿਆ 9:03 ਹੋ ਗਏ ਚੈੱਕ ਕਰੋ ਤੁਸੀਂ ਚਲੋ 10 ਮਿੰਟ ਹੋਰ ਸੋਚਦਾ ਮੈਂ ਜੇ ਕੋਈ ਆਈਡੀਆ ਆ ਗਿਆ ਤਾਂ ਨਹੀਂ ਤਾਂ ਫਿਰ ਕੱਲ੍ਹ ਤਾਂ ਡਰੋਪ ਕਰਨਾ ਪੈਣਾ ਕਿਉਂਕਿ ਟਾਈਮ ਨਾਲ ਸੋਣਾ ਵੀ ਹੈ ਸਵੇਰੇ ਕੰਮ 'ਤੇ ਵੀ ਜਾਣਾ ਉਹ ਕੋਈ ਨਹੀਂ ਦੇਖਦੇ ਹਾਂ ਕਹਿੰਦੇ ਟਲਦੇ ਕਿੱਥੇ ਆ ਅਜਗਾੜ ਦੇ ਲਾਈ ਦਿੰਦੇ ਆ ਆਹ ਲਓ ਵੀ ਚਿਪਕੇ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਟ ਇਹਨਾਂ ਵੀ ਇਹਨੂੰ ਹਜੇ ਖੋਲ੍ਹ ਨਹੀਂ ਸਕਦੇ ਟੇਪ ਲਾ ਰੱਖੀ ਆ ਇਹਨੂੰ ਆਪਾਂ ਖੋਲ੍ਹਾਂਗੇ ਸਵੇਰੇ ਹੀ ਮੌਕੇ 'ਤੇ ਫਿੱਟ ਨਹੀਂ ਕਰ ਸਕਦੇ ਇਹਨੂੰ ਇੱਦਾਂ ਸੁੱਕਣ ਲਈ ਆਪਾਂ ਰੱਖ ਦਿੰਦੇ ਹਾਂ ਕਿੱਥੇ ਰੱਖੀਏ ਵੇਅਰ ਇੱਥੇ ਹੀ ਰੱਖਦੀ ਆ ਟਰਾਲੀ 'ਚ ਹੀ ਹੋਰ ਕਿੱਥੇ ਰੱਖਣਾ ਹੈ ਨਾ ਸਹੀ ਗੱਲ ਆ ਚਲੋ ਹੁਣ ਇੱਕ ਹੋਰ ਸਟ੍ਰਿਪ ਕੱਟਣੀ ਪੈਣੀ ਇਹਦੇ ਨਾਲੋਂ ਇਹਨਾਂ ਨਾਲ ਕੱਟ ਕੇ ਅਤੇ ਆਹ ਵੀ ਲਾਉਣਾ ਮੈਂ ਲਾਈਏ ਜਗਾੜ ਛੇਤੀ ਇੱਕ ਤਾਂ ਇੱਥੇ ਮਿੱਟੀ ਨਹੀਂ ਲੱਭਦੀ ਆਹ ਮਸਾ ਲੱਭੀ ਮੈਂ ਮਿੱਟੀ ਇੰਨੀ ਕੁ ਲਾਉਣ ਲਈ ਪਹਿਲਾਂ ਤਾਂ ਸਵੇਰੇ ਨਾ ਮਿੱਟੀ ਇਕੱਠੀ ਕਰਨੀ ਪੈਣੀ ਆਪਾਂ ਨੂੰ ਚਲੋ ਆਹ ਵੀ ਜੋੜ ਲਈ ਹੁਣ ਛੇਤੀ ਲਓ ਵੀ ਫਾਈਨਲੀ ਬਣਾ ਹੀ ਦਿੱਤੇ ਜਿਵੇਂ ਦੇ ਵੀ ਬਣਾਏ ਬਸ ਬਣਾ ਦਿੱਤੇ ਪੁੱਛੋ ਨਾ ਕਿਵੇਂ ਬਣਾ ਦਿੱਤੇ ਆਪਣਾ ਐਂ ਕਰਦੇ ਇਹਨੂੰ ਛੱਡ ਹੀ ਦਿੰਦੇ ਹਾਂ ਸਵੇਰ ਤੱਕ ਸੋਕਿਆਂ ਦਾ ਥੋੜ੍ਹਾ ਜਿਹਾ ਫਿਰ ਨਾ ਇਹਨੂੰ ਪੱਕਾ ਹੀ ਲਾ ਦੇਣਾ ਆਪਾਂ ਇੱਥੇ ਅਟੈਚ ਕਰ ਦਾਂਗੇ ਪੂਰਾ ਪ੍ਰੋਪਰ ਗੂੰਦ ਗਾਂਦ ਲਾ ਕੇ ਅਤੇ ਦੇਖਾਂਗੇ ਆਪਾਂ ਉਹ ਹੀ ਕਰਦੇ ਹਾਂ ਸਿਸਟਮ ਆਪਣਾ ਪਲਾਸਟਿਕ ਵੈਲਡਿੰਗ ਵਾਲਾ ਹੀ ਕੰਮ ਵਧੀਆ ਠੀਕ ਹੈ ਜ਼ਿਆਦਾ ਫੈਬਰਿਕ ਵੀ ਨਾ ਵੇਸਟ ਹੋਊਗੀ ਪਲਾਸਟਿਕ ਤਾਂ ਆਪਣੇ ਕੋਲੋਂ ਵਾਧੂ ਹੈ ਅਤੇ ਲਾਈਟਰ ਵਗੈਰਾ ਲੈ ਆਉਂਦੇ ਇਹ ਵੀ ਮੁੱਕਿਆ ਪਿਆ ਆਲਮੋਸਟ ਥੋੜ੍ਹਾ ਜਿਹਾ ਦੇਖੋ
ਕਦੇ ਕਦੇ ਚੱਲਦਾ ਕਦੇ ਚੱਲਦਾ ਨਹੀਂ ਗਾ। ਇਹ ਨਵਾਂ ਲੈ ਆਉਂਦੇ ਹਾਂ, ਪਲਾਸਟਿਕ ਆਪਣੇ ਕੋਲ ਹੈਗਾ, ਇਹਨੂੰ ਵੈਲਡ ਕਰ ਦਾਂਗੇ ਸਵੇਰੇ ਸਾਰੇ ਨੂੰ। ਮੌਕੇ ਦੇ ਟਾਈਮ ਹੁਣ 9:30 ਹੋ ਗਏ ਆ, ਅਤੇ ਮੈਂ ਨਾ ਅੱਜ ਕਮੈਂਟ ਦੇਖਣ ਦਿਆ ਸੀਗਾ, ਅਤੇ ਲਗਭਗ ਸਾਰਿਆਂ ਦੀ ਇਹ ਕਮੈਂਟ ਆ ਰਹੇ ਨੇ 3D ਪ੍ਰਿੰਟਰ ਨਾਲ ਮਾਡਲ ਬਣਾਓ, ਠੀਕ ਹੈ, ਜਾਂ ਇੰਡੀਆ ਤੋਂ ਮਾਡਲ ਮੰਗਾਓ, ਜਾਂ ਆਪਦੇ ਵਾਲਾ ਝੋਟਾ ਮੰਗਾ ਲਓ। ਉਹ ਤਾਂ ਮੌਕੇ 'ਤੇ ਪੋਸੀਬਲ ਨਹੀਂ ਗਾ ਵੀ ਮੈਂ ਚਾਹਵਾਂ ਅੱਜ ਹੀ ਮੰਗਾ ਲਾਂ, ਅਤੇ ਉਹ ਕੰਮ ਨਹੀਂ ਕਰ ਸਕਦਾ ਹਜੇ, ਠੀਕ ਆ। ਮੰਗਾਵਾਂਗੇ, ਜ਼ਰੂਰ ਮੰਗਾਵਾਂਗੇ, ਪਰ ਥੋੜ੍ਹਾ ਟਾਈਮ ਰੁਕ ਕੇ ਮੰਗਾਵਾਂਗੇ। ਅਤੇ ਫਿਰ ਮੈਂ ਇੱਕ ਡਿਸੀਜ਼ਨ ਲਿਆ ਵੀ ਆਪਾਂ ਨਾ ਆਪ ਹੀ ਮਾਡਲ ਤਿਆਰ ਕਰਦੇ ਹਾਂ ਇੱਥੇ, ਜਿਵੇਂ ਆਪਾਂ ਉੱਥੇ ਆਪਣੇ ਵਾਲਾ ਝੋਟਾ ਬਣਾਇਆ ਸੀਗਾ, ਉਹਦੇ ਨਾਲ ਕੀ ਕਹਿੰਦੇ ਉਹਨੂੰ, ਮੈਂ ਨਾਮ ਹੀ ਭੁੱਲ ਗਿਆ, ਜਿਹਦੇ ਨਾਲ ਆਪਣੀ ਹਵੇਲੀ ਤਿਆਰ ਕੀਤੀ ਸੀਗੀ, ਕੀ ਸੀਗਾ ਉਹ, ਪਤਾ ਨਹੀਂ, ਮੈਂ ਭੁੱਲ ਗਿਆ। ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ, ਠੀਕ ਹੈ। ਵਾਈਟ ਜੇ ਕਲਰ ਦੀ ਸ਼ੀਟ ਸੀਗੀ, ਉਹਨੂੰ ਪਤਾ ਨਹੀਂ ਕੀ ਕਹਿੰਦੇ, ਹੁਣ ਮੈਂ ਭੁੱਲ ਗਿਆ। ਅਤੇ ਜਿਵੇਂ ਉਹ ਆਪਾਂ ਝੋਟੇ ਦੀ ਬੋਡੀ ਤਿਆਰ ਕੀਤੀ ਸੀਗੀ, ਉਹਦੇ ਨਾਲ ਸ਼ੋਅ ਤਿਆਰ ਕੀਤੀ ਸੀ, ਉਵੇਂ ਆਪਣੇ ਕੋਲ ਆਪਾਂ ਜਿਹਦੇ ਨਾਲ ਟਰਾਲੀ ਤਿਆਰ ਕਰਦੇ ਹਾਂ, ਠੀਕ ਆ, ਇਹਦੇ 'ਤੇ ਆਪਾਂ ਵਰਕ ਕਰਕੇ ਮਾਡਲ ਆਪਣਾ ਬਣਾ ਸਕਦੇ ਹਾਂ। ਅਤੇ ਮੈਂ ਸੋਚ ਰਿਹਾ ਵੀ ਚਲੋ ਕਰਦੇ ਹਾਂ ਸ਼ੁਰੂ, ਅਤੇ ਮੈਂ ਕਨਫਿਊਜ਼ ਹਾਂ ਵੀ ਬਣਾਈਏ ਕਿਹੜਾ, ਠੀਕ ਆ, 9/11 ਬਣਾਈਏ ਜਾਂ ਸਵਰਾਜ ਬਣਾਈਏ, ਕਿਉਂਕਿ ਮੌਕੇ 'ਤੇ ਇਹ ਦੋ ਹੀ ਨੇ ਵੀ ਜਿਹੜੇ ਥੋੜ੍ਹੇ ਈਜ਼ੀ ਬਣ ਸਕਦੇ ਆ। ਬਾਕੀ ਟਰੈਕਟਰਾਂ ਦੀ ਸ਼ੋਅ ਥੋੜ੍ਹੀ ਜਿਹੀ ਕੰਪਲੀਕੇਟਿਡ ਜੀ ਹੈ, ਡਿਜ਼ਾਇਨਿੰਗ ਜ਼ਿਆਦਾ, ਠੀਕ ਆ, ਮੱਥਾਗਵਾਈ ਜ਼ਿਆਦਾ ਕਰਨੀ ਪਊਗੀ, ਬਟ ਸਵਰਾਜ ਅਤੇ 9/11 ਇਹ ਦੋ ਐਵੇਂ ਦੇ ਟਰੈਕਟਰ ਨੇ ਜਿਨ੍ਹਾਂ ਦੀ ਸ਼ੋਅ ਈਜ਼ੀ ਬਣ ਜੂਗੀ ਥੋੜ੍ਹੀ ਜੀ। ਇਹ ਨਹੀਂ ਵੀ ਜਮਾਂ ਈਜ਼ੀ ਬਣ ਜੂਗੀ ਵੀ ਹੁਣੇ ਸ਼ੁਰੂ ਕੀਤੀ 10 ਮਿੰਟਾਂ 'ਚ ਤਿਆਰ, ਬਟ ਇਹਨਾਂ ਵੀ ਥੋੜ੍ਹੀ ਜਿਹੀ ਈਜ਼ੀ ਬਣ ਜੂਗੀ। ਅਤੇ ਤੁਸੀਂ ਕਮੈਂਟ ਕਰਿਓ ਵੀ ਕਿਹੜਾ ਬਣਾਉਣਾ ਚਾਹੀਦਾ ਆਪਾਂ ਨੂੰ, ਦੋਵਾਂ 'ਚੋਂ ਕਿਹੜਾ ਮਾਡਲ ਬਣਾਈਏ। ਜੇ ਸਵਰਾਜ ਦੇ ਜ਼ਿਆਦਾ ਕਮੈਂਟ ਆਏ ਫਿਰ ਤਾਂ ਆਪਾਂ ਸੇਮ ਟੂ ਸੇਮ ਝੋਟੇ ਨਾਲ ਦਾ ਹੀ ਬਣਾਵਾਂਗੇ, ਠੀਕ ਆ, ਹਰੇ ਰੰਗ ਦਾ ਹੀ। ਜੇ 9/11 ਦੇ ਕਮੈਂਟ ਆਏ ਫਿਰ ਤਾਂ 9/11 ਪੀਲੇ ਰੰਗ ਦਾ ਹੀ ਹੁੰਦਾ, ਉਹ ਆਪਾਂ ਚੱਕ ਦਾਂਗੇ ਫੱਟੇ, ਕੋਈ ਚੱਕਰ ਨਹੀਂ ਗਾ। ਬਾਕੀ ਤੁਸੀਂ ਕਮੈਂਟ ਕਰਿਓ ਵੀ ਕਿਹੜੇ ਮਾਡਲ 'ਤੇ ਕੰਮ ਕਰਨਾ ਚਾਹੀਦਾ। ਮੈਂ ਕਹਿੰਦਾ ਵੀ ਆਪਾਂ ਕੰਮ ਸਵੇਰੇ ਸਟਾਰਟ ਕਰ ਦਾਂਗੇ, ਬਟ ਟਰਾਈ ਕਰਾਂਗੇ 2-3 ਦਿਨਾਂ ਦੇ ਵਿੱਚ ਕੰਮ ਸਟਾਰਟ ਕਰ ਦਈਏ, ਠੀਕ ਹੈ, ਕਿਉਂਕਿ ਉਹਦੇ ਲਈ ਟੂਲ ਵਗੈਰਾ ਵੀ ਬਥੇਰੇ ਚਾਹੀਦੇ ਆ। ਕੁਛ ਸਮਾਨ ਜਿਵੇਂ ਮੈਂ ਆਰਡਰ ਵੀ ਕੀਤਾ ਹੋਇਆ, ਠੀਕ ਹੈ, ਉਹ ਵੀ ਆਪਾਂ ਨੂੰ ਚਾਹੀਦਾ, ਉਹ ਆਊਗਾ, ਉਦੋਂ ਬਾਅਦ ਹੀ ਕੰਮ ਸਟਾਰਟ ਕਰ ਸਕਦੇ ਹਾਂ। ਉਹ ਦੇਖੋ 2-3 ਦਿਨਾਂ ਦੇ ਵਿੱਚ ਮੇਬੀ ਪਹੁੰਚ ਜੂਗਾ। ਹੁਣ ਆਉਣ ਵਾਲੇ 10 ਦਿਨਾਂ 'ਚ ਨਾ ਬਸ ਐਮਾਜ਼ੋਨ ਤੋਂ ਕੂਰੀਅਰ ਹੀ ਕੂਰੀਅਰ ਆਉਣੇ ਆਪਣੇ, ਠੀਕ ਆ, ਕੁਛ ਕੁ ਟਰੈਕਟਰ ਵੀ ਨੇ, ਅਤੇ ਬਾਕੀ ਆਪਣਾ ਇੱਥੋਂ ਦਾ ਸਮਾਨ ਵੀ ਹੈ, ਟੂਲ ਵਗੈਰਾ ਨੇ, ਠੀਕ ਆ, ਕਟਰ ਵਗੈਰਾ ਨੇ। ਤਾਂ ਹੀ ਮੈਂ ਅੱਜ ਕਟਰ ਲੈ ਕੇ ਨਹੀਂ ਸੀ ਆ ਰਿਹਾ, ਕਿਉਂਕਿ ਮੈਂ ਇੱਕ ਆਰਡਰ ਕੀਤਾ ਹੋਇਆ, ਪਹਿਲਾਂ ਮੈਂ ਦੇਖਾਂਗਾ, ਜੇ ਤਾਂ ਉਹ ਵਧੀਆ ਆਪਣੇ ਕੰਮ ਆ ਗਿਆ, ਠੀਕ ਆ, ਨਹੀਂ ਤਾਂ ਫਿਰ ਇੱਥੋਂ ਹੀ ਲੈ ਲਾਂਗੇ ਆਪਾਂ ਲੋਕਲ ਕੋਈ। ਫਿਲਹਾਲ ਤਾਂ ਕਮੈਂਟਾਂ ਦੀ ਵੇਟ ਹੈ, ਦੇਖਦੇ ਹਾਂ ਕਿਹੜੇ ਟਰੈਕਟਰ ਲਈ ਜ਼ਿਆਦਾ ਕਮੈਂਟ ਆਉਂਦੇ ਨੇ, ਫਿਰ ਉਹਦੇ 'ਤੇ ਕੰਮ ਸਟਾਰਟ ਕਰਾਂਗੇ ਆਪਾਂ ਛੇਤੀ ਤੋਂ ਛੇਤੀ। ਅਤੇ ਇਹ ਵੀ ਦੇਖਣਾ ਪੈਣਾ ਕੀ ਕੁਛ ਸਮਾਨ ਚਾਹੀਦਾ ਨਾਲ, ਹੋਰ ਆਪਾਂ ਨੂੰ ਪੇਂਟ ਵੀ ਚਾਹੀਦਾ, ਠੀਕ ਆ, ਉਹ ਵੀ ਦੇਖਣਾ ਪੈਣਾ ਵੀ ਇੱਥੇ ਉਹ ਵਾਲਾ ਪੇਂਟ ਅਵੇਲੇਬਲ ਹੈਗਾ ਕਿ ਨਹੀਂ। 9/11 ਵਾਲਾ ਜੇ ਚਾਹੀਦਾ ਤਾਂ ਪੀਲਾ ਪੇਂਟ, ਔਰੇਂਜ ਪੇਂਟ, ਉਹ ਦੇਖਣੇ ਪੈਣੇ ਆ। ਜੇ ਆਪਾਂ ਝੋਟੇ 'ਤੇ ਕੰਮ ਸਟਾਰਟ ਕੀਤਾ ਫਿਰ ਗ੍ਰੀਨ ਤਾਂ ਮੇਬੀ ਮਿਲ ਹੀ ਜਾਊਗਾ। ਚਲੋ ਬਾਕੀ ਦੇਖਾਂਗੇ, ਉਹ ਤਾਂ ਗਾਂਹ ਦੀਆਂ ਗੱਲਾਂ ਨੇ। ਫਿਲਹਾਲ ਇਹ ਤਾਂ ਕਲੀਅਰ ਹੋਵੇ ਵੀ ਬਣਾਉਣਾ ਕਿਹੜਾ ਆਪਾਂ, ਅਤੇ ਉਹਨੂੰ ਬਣਾਉਣ ਲਈ ਰੇਤੀ ਰੂਤੀ ਵਗੈਰਾ ਚਾਹੀਦੀ ਆਪਾਂ ਨੂੰ, ਠੀਕ ਹੈ, ਉਹ ਵੀ ਦੇਖ ਕੇ ਆਵਾਂਗੇ। ਸਵੇਰੇ ਟਰਾਈ ਕਰਦੇ ਹਾਂ, ਪਰਸੋਂ ਆਪਣੀ ਛੁੱਟੀ ਹੈ, ਅਤੇ ਕੱਲ੍ਹ ਰਾਤ ਨੂੰ ਵੀ ਕੋਈ ਟਾਈਮ ਨਾਲ ਸੌਣ ਦਾ ਕੋਈ ਪਲੈਨ ਨਹੀਂ ਗਾ, ਮੈਂ ਪਹਿਲਾਂ ਹੀ ਦੱਸ ਦਿੰਦਾ, ਠੀਕ ਆ, ਅਤੇ ਰਾਤ ਲੇਟ ਤੱਕ ਆਪਾਂ ਕੰਮ ਕਰ ਸਕਦੇ ਹਾਂ, ਕੋਈ ਚੱਕਰ ਨਹੀਂ ਗਾ। ਅਤੇ ਟਰਾਈ ਕਰਾਂਗੇ ਕੱਲ੍ਹ ਨਾ ਕੰਮ ਤੋਂ ਵਿਹਲੇ ਹੋ ਕੇ ਆਪਾਂ ਚੱਲਾਂਗੇ ਕੈਨੇਡੀਅਨ ਟਾਇਰ ਜਾਂ ਵੋਲਮਾਰਟ, ਮੇਬੀ ਕੈਨੇਡੀਅਨ ਟਾਇਰ ਜਾਵਾਂਗੇ, ਵੋਲਮਾਰਟ ਇੰਨਾ ਕੋਈ ਹੈ ਨਹੀਂ ਗਾ ਸਮਾਨ। ਕੈਨੇਡੀਅਨ ਟਾਇਰ ਜਾ ਕੇ ਅਤੇ ਆਪਾਂ ਦੇਖਾਂਗੇ ਜੀ ਆਪਾਂ ਨੂੰ ਰੇਤੀ ਵਗੈਰਾ, ਠੀਕ ਹੈ, ਛੋਟੀ ਰੇਤੀ ਜਾਂ ਹੋਰ ਜਿਹੜਾ ਵੀ ਆਪਣੇ ਯੂਜ਼ 'ਚ ਆ ਸਕਦਾ, ਟੂਲ ਹੋ ਗਿਆ, ਕੋਈ ਵੀ ਸਮਾਨ ਹੋ ਗਿਆ, ਉਹ ਦੇਖਾਂਗੇ ਲੈ ਕੇ ਆਵਾਂਗੇ, ਠੀਕ ਆ। ਨਹੀਂ ਤਾਂ ਫਿਰ ਜੇ ਉੱਥੋਂ ਨਾ ਮਿਲਦਾ ਹੋਇਆ ਇੱਦਾਂ ਦਾ ਸਮਾਨ, ਫਿਰ ਆਪਾਂ ਨੂੰ ਔਨਲਾਈਨ ਔਡਰ ਕਰਨਾ ਪਊਗਾ, ਅਤੇ ਉਹਦੇ 'ਚ ਮੇਬੀ ਫਿਰ ਜ਼ਿਆਦਾ ਟਾਈਮ ਲੱਗ ਜੇ। ਚਲੋ ਕੋਈ ਨਹੀਂ, ਦੇਖਦੇ ਹਾਂ, ਉਹ ਤਾਂ ਸਵੇਰੇ ਕਲੀਅਰ ਹੋ ਜੂਗਾ ਵੀ ਇੱਥੋਂ ਮਿਲਦਾ ਨਹੀਂ ਮਿਲਦਾ। ਅਤੇ ਮੌਕੇ 'ਤੇ ਹੁਣ ਮੇਰੀ ਬਾਂਹ ਥੱਕ ਗਈ ਥੋੜ੍ਹੀ ਜੀ, ਠੀਕ ਆ, ਵਾਹਵਾ ਚਿਰ ਹੋ ਗਿਆ ਇੱਦਾਂ ਨਾ ਕੰਟੀਨਿਊ ਜ਼ਿਆਦਾ ਟਾਈਮ ਵਲੋਗ ਨਹੀਂ ਸ਼ੂਟ ਕੀਤਾ, ਤਾਂ ਕਰਕੇ ਹੁਣ ਆਦਤ ਜੀ ਰਹੀ ਨਹੀਂ ਗੀ। ਮੈਨੂੰ ਲੱਗਦਾ 1 ਸਾਲ ਪਹਿਲਾਂ ਸ਼ੂਟ ਕਰਦਾ ਸੀਗਾ ਇੱਦਾਂ, ਉਹ ਵੀ ਦੂਜਾ ਆਪਣਾ ਫੋਨ ਸੀਗਾ, ਉਹ ਟੰਗਿਆ, ਠੀਕ ਆ। ਆਈਫੋਨ ਦੀ ਤਾਂ ਆਦਤ ਹੀ ਹੈ ਨਹੀਂ, ਆਈਫੋਨ 'ਚ ਤਾਂ ਜ਼ਿਆਦਾ ਵਾਈਡ ਹੈ ਨਾ, ਬਾਂਹ ਥੋੜ੍ਹੀ ਜਿਹੀ ਰੱਖਣੀ ਪੈਂਦੀ ਪ੍ਰੋਪਰ ਵੀ ਆ ਵਿੱਚ ਆਵੇ ਨਾ। ਚਲੋ ਠੀਕ ਹੈ, ਕੋਈ ਨਹੀਂ, ਹੋ ਜਾਵਾਂਗੇ ਹੌਲੀ ਹੌਲੀ ਸੈੱਟ। ਡੇਲੀ ਵਲੋਗ ਦੀ ਸੀਰੀਜ਼ ਜੇ ਸ਼ੁਰੂ ਕਰ ਰੱਖੀ ਹੈ ਤਾਂ ਆਪਾਂ ਤੋੜਨੀ ਨਹੀਂ ਕੁਛ ਹੋ ਜੇ, ਠੀਕ ਆ, ਭਾਵੇਂ ਕੰਮ ਤੋਂ ਆ ਕੇ 10-15 ਮਿੰਟਾਂ 'ਚ ਵਲੋਗ ਬਣੇ, ਭਾਵੇਂ ਰਾਤ 12 ਵਜੇ ਤੱਕ ਵਲੋਗ ਬਣੇ, ਬਟ ਅਪਲੋਡ ਹੋਊਗਾ। ਭਾਵੇਂ 2 ਮਿੰਟ ਦੀ ਵੀਡੀਓ ਅਪਲੋਡ ਹੋਵੇ, ਭਾਵੇਂ 3 ਮਿੰਟ ਦੀ ਅਪਲੋਡ ਹੋਵੇ, ਪਰ ਅਪਲੋਡ ਹੋਊਗੀ। ਅਤੇ ਤੁਸੀਂ ਕਮੈਂਟ ਕਰਨਾ ਨਾ ਭੁੱਲਿਓ, ਠੀਕ ਹੈ। ਦੇਖਦੇ ਹਾਂ ਕਿਹੜੇ ਟਰੈਕਟਰ 'ਤੇ ਜ਼ਿਆਦਾ ਕਮੈਂਟ ਆਉਂਦੇ ਨੇ, ਜਿਹਦੇ ਕਮੈਂਟ ਜ਼ਿਆਦਾ ਹੋਏ ਉਹਦੇ 'ਤੇ ਕੰਮ ਸ਼ੁਰੂ ਕਰ ਦਾਂਗੇ 1-2 ਦਿਨਾਂ ਦੇ ਵਿੱਚ। ਅਤੇ ਬਾਕੀ ਟਰਾਲੀ 'ਤੇ ਆਪਾਂ ਸਵੇਰੇ ਕੰਮ ਨਿਬੇੜ ਦਾਂਗੇ, ਮੇ ਬੀ ਉਮੀਦ ਹੈ, ਠੀਕ ਹੈ। ਜੇ ਕੈਨੇਡੀਅਨ ਟਾਇਰ ਜ਼ਿਆਦਾ ਟਾਈਮ ਨਾ ਲੱਗਾ, ਠੀਕ ਹੈ, ਫਿਰ ਕੱਲ੍ਹ ਇਹਦੇ 'ਤੇ ਕੰਮ ਨਿਬੇੜ ਦਾਂਗੇ, ਆਹ ਵੀ ਅਟੈਚ ਕਰ ਦਾਂਗੇ। ਬਾਕੀ ਇੱਥੋਂ ਲਈ ਕੋਈ ਸੋਚਦਾ ਮੈਂ ਰਾਤ 'ਚ, ਅਤੇ ਕੱਲ੍ਹ ਨੂੰ ਉਹਦੇ 'ਤੇ ਵੀ ਕੰਮ ਕਰਾਂਗੇ, ਠੀਕ ਆ। ਅਤੇ ਆਪਣੇ ਪਿੱਕੇ 'ਤੇ ਕੱਲ੍ਹ ਨੂੰ ਹੁੱਕ ਵੀ ਲਾ ਦਾਂਗੇ, ਪਰਸੋਂ ਆਪਣੀ ਛੁੱਟੀ ਹੈ, ਫਿਰ ਪਿੱਕੇ ਪਿੱਛੇ ਪਾਉਂਦੇ ਹਾਂ ਟਰਾਲੀ, ਉੱਤੇ ਲੱਦਾਂਗੇ ਟਰੈਕਟਰ, ਅਤੇ ਕਰ
ਸ਼ਨੀ ਐਤਵਾਰ ਦੋ ਦਿਨ ਵਿਹਲੇ ਹੋਈਦਾ, ਉਦੋਂ ਬਸ ਆਹੀ ਕੁਛ ਕਰਨਾ ਆਪਾਂ, ਠੀਕ ਹੈ, ਕਦੇ ਪਿੱਕੇ ਪਿੱਛੇ ਪਲਾਂਗੇ, ਜਦੋਂ ਆਪਣਾ ਟਰੈਕਟਰ ਤਿਆਰ ਹੋ ਗਿਆ ਫਿਰ ਤਾਂ ਟਰੈਕਟਰ ਦੀ ਨੇਰੀ ਬਣਾ ਦੇਣੀ ਕਰਨੀ ਆਪਾਂ, ਕੋਈ ਚੱਕਰ ਨਹੀਂ। ਚਲੋ ਫਿਲਹਾਲ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਹਾਂ। ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ। ਜੇ ਵਲੋਗ ਚੰਗਾ ਲੱਗਾ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਜੇ ਚੈਨਲ 'ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ, ਅਤੇ ਮਿਲਦੇ ਹਾਂ ਫਿਰ ਆਪਾਂ ਨੈਕਸਟ ਵਲੋਗ ਦੇ ਵਿੱਚ। ਟੇਕ ਕੇਅਰ, ਬਾਏ ਬਾਏ। ਹੱਥ 'ਚ ਪਲਾਸਟਿਕ ਦਾ ਟੁਕੜਾ, ਇਹਨਾਂ ਨਾਲ ਹੀ ਬਾਏ।